ਐਕਚੁਅਲੀ ਫਿਲਮ ਬਹੁਤ ਗ੍ਰੈਂਡ ਸ਼ੂਟ ਹੋਈ ਹੈ, ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ, ਐਕਸ਼ਨ ਬਹੁਤ ਵੱਡਾ ਗਾ, ਮੇਕਿੰਗ ਬਹੁਤ ਵੱਡੀ ਹੈ ਫਿਲਮ ਦੀ, ਐਕਟਰ ਸਾਰੇ ਬਹੁਤ ਅੱਛੇ ਐਕਟਰ ਹੈ ਅਤੇ ਬਹੁਤ ਸਾਰੇ ਐਕਟਰ ਹੈਗੇ, ਐਕਸ਼ਨ ਕਾਮੇਡੀ ਸਭ ਕੁਛ ਹੈ ਇਸ ਫਿਲਮ 'ਚ, ਅਤੇ ਫੈਮਲੀਆਂ ਦੇਖ ਸਕਦੇ ਹਾਂ। ਦੇਵ ਵੀਰੇ ਦਾ ਬੜੱਪਣ ਹੈ ਜੀ, ਉਹ ਮੈਨੂੰ ਡਾਕੂਆਂ ਦਾ ਮੁੰਡਾ 'ਚ ਵੀ ਉਹਨਾਂ ਨੇ ਰੈਫਰ ਕੀਤਾ ਸੀ, ਇਹ 'ਚ ਵੀ ਉਹਨਾਂ ਨੇ ਰੈਫਰ ਕੀਤਾ, ਤਾਂ ਬਾਈ ਨੂੰ ਸ਼ਾਇਦ ਮੇਰਾ ਕੰਮ ਅੱਛਾ ਲੱਗਦਾ ਗਾ। ਤਾਂ ਸੈੱਟ ਦੇ ਉੱਤੇ ਮਾਹੌਲ ਬੜਾ ਸੁਖਾਵਾਂ ਸੀ ਬਾਈ ਨਾਲ, ਬਹੁਤ ਬਾਈ ਵੀ ਬਹੁਤ ਫਰੈਂਡਲੀ ਆ। ਪਿੰਡ ਦੇ ਮੁੰਡੇ ਦਾ ਕੈਰੈਕਟਰ ਹੈ ਜਿਹਦੇ ਸੁਪਨੇ ਬਹੁਤ ਵੱਡੇ ਹੈਗੇ, ਤਾਂ ਉਹ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾਂਦਾ ਗਾ। ਬਲੈਕ ਕੈਟ 2 ਦੇ ਟ੍ਰੇਲਰ ਲਾਂਚ ਤੇ ਪਹੁੰਚੇ ਹੋਏ ਆ, ਸਾਰਾ ਮੀਡੀਆ ਤੇ ਸਟਾਰ ਕਾਸਟ ਇੱਥੇ ਮੌਜੂਦ ਹੈ, ਪ੍ਰੋਡਿਊਸਰਸ, ਡਾਇਰੈਕਟਰ ਸਾਹਿਬ, ਤੇ ਗੱਲ ਕਰਾਂਗੇ ਰਾਜ ਚੰਜਾ ਜੀ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ। ਅੱਜ ਬਲੈਕ ਕੈਟ 2 ਦਾ ਟ੍ਰੇਲਰ ਲਾਂਚ ਹੋਇਆ, ਅਗਰ ਮੈਂ ਗੱਲ ਕਰਾਂ ਮਿਊਜ਼ਿਕ ਦੀ, VFX ਦੀ, ਐਕਸ਼ਨ ਦੀ, ਡਾਇਰੈਕਸ਼ਨ ਦੀ, ਐਕਟਿੰਗ ਦੀ, ਹਰ ਕਿਰਦਾਰ ਦੀ, ਹਰ ਆਰਟਿਸਟ ਦੀ ਬਹੁਤ ਜ਼ਿਆਦਾ ਤਾਰੀਫ ਅੱਜ ਹੋ ਰਹੀ ਹੈ ਟ੍ਰੇਲਰ ਤੋਂ ਬਾਅਦ। ਕੀ ਲੱਗਦਾ ਕਿ ਫਿਲਮ ਦੇਖਣ ਤੋਂ ਬਾਅਦ ਇਹ ਤਾਰੀਫਾਂ ਕਿੰਨੀਆਂ ਕੁ ਹੋਰ ਵਧਣਗੀਆਂ? ਐਕਚੁਅਲੀ ਫਿਲਮ ਬਹੁਤ ਗ੍ਰੈਂਡ ਸ਼ੂਟ ਹੋਈ ਹੈ, ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ, ਐਕਸ਼ਨ ਬਹੁਤ ਵੱਡਾ ਗਾ, ਮੇਕਿੰਗ ਬਹੁਤ ਵੱਡੀ ਹੈ ਫਿਲਮ ਦੀ, ਐਕਟਰ ਸਾਰੇ ਬਹੁਤ ਅੱਛੇ ਐਕਟਰ ਹੈ ਅਤੇ ਬਹੁਤ ਸਾਰੇ ਐਕਟਰ ਹੈਗੇ, ਸਾਰੇ ਐਕਸਪੀਰੀਅੰਸ ਐਕਟਰ ਹੈ, ਤਾਂ ਫਿਲਮ ਤੋਂ ਉਮੀਦ ਵੀ ਵੱਡੀ ਹੈਗੀ, ਤਾਂ ਡੈਫੀਨੇਟਲੀ ਲੋਕਾਂ ਨੂੰ ਬਹੁਤ ਪਸੰਦ ਆਊ, ਕਿਉਂਕਿ ਹਰ ਤਰ੍ਹਾਂ ਦਾ ਇਮੋਸ਼ਨ, ਐਕਸ਼ਨ, ਕਾਮੇਡੀ ਸਭ ਕੁਛ ਹੈ ਇਸ ਫਿਲਮ 'ਚ, ਅਤੇ ਫੈਮਲੀਆਂ ਦੇਖ ਸਕਦੀਆਂ ਫਿਲਮ। ਪ੍ਰੈਸ ਕਾਨਫਰੰਸ ਦੇ ਵਿੱਚ ਦੇਵ ਜੀ ਨੇ ਕਿਹਾ ਕਿ ਤੁਹਾਡੀ ਬਹੁਤ ਤਾਰੀਫ ਕਰ ਰਹੇ ਸੀ ਉਹ ਪਹਿਲਾਂ ਤਾਂ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਬਹੁਤ ਸਪੋਰਟਿਵ ਐਕਟਰ ਹੋ, ਔਰ ਉਹਨਾਂ ਨੇ ਆਪਣੇ ਕਾਫੀ ਬੈਡ ਐਕਸਪੀਰੀਅੰਸਿਸ ਵੀ ਦੱਸੇ ਕੋ ਐਕਟਰਸ ਦੇ ਨਾਲ, ਲੇਕਿਨ ਉਹਨਾਂ ਨੇ ਬਹੁਤ ਤਾਰੀਫ ਕੀਤੀ ਤੁਹਾਡੀ ਐਜ ਸਪੋਰਟਿਵ ਐਕਟਰ, ਕਿ ਬਹੁਤ ਸਪੋਰਟ ਕਰਦੇ ਹੋ ਤੁਸੀਂ, ਔਰ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਤੁਸੀਂ ਸੈਕਿੰਡ ਲੀਡ ਹੋ, ਸੋ ਆਪਣੇ ਕੈਰੈਕਟਰ ਬਾਰੇ, ਔਰ ਜਿਵੇਂ ਕਿ ਹੁਣ ਸਾਨੂੰ ਪਤਾ ਲੱਗ ਹੀ ਗਿਆ ਕਿ ਤੁਸੀਂ ਸੈਕਿੰਡ ਲੀਡ ਹੋ, ਸੋ ਆਪਣੇ ਕੈਰੈਕਟਰ ਬਾਰੇ ਥੋੜ੍ਹਾ ਦੱਸੋ। ਦੇਵ ਵੀਰੇ ਦਾ ਬੜੱਪਣ ਹੈ ਜੀ, ਉਹ ਮੈਨੂੰ ਡਾਕੂਆਂ ਦਾ ਮੁੰਡਾ 'ਚ ਵੀ ਉਹਨਾਂ ਨੇ ਰੈਫਰ ਕੀਤਾ ਸੀ, ਇਹ 'ਚ ਵੀ ਉਹਨਾਂ ਨੇ ਰੈਫਰ ਕੀਤਾ, ਤਾਂ ਬਾਈ ਨੂੰ ਸ਼ਾਇਦ ਮੇਰਾ ਕੰਮ ਅੱਛਾ ਲੱਗਦਾ ਗਾ। ਤਾਂ ਸੈੱਟ ਦੇ ਉੱਤੇ ਮਾਹੌਲ ਬੜਾ ਸੁਖਾਵਾਂ ਸੀ ਬਾਈ ਨਾਲ, ਬਹੁਤ ਬਾਈ ਵੀ ਬਹੁਤ ਫਰੈਂਡਲੀ ਆ, ਤਾਂ ਕੰਮ ਕਰਨਾ ਵੀ ਫਿਰ ਸੌਖਾ ਹੋ ਜਾਂਦਾ ਜੇ ਤੁਸੀਂ ਕੰਫਰਟੇਬਲ ਹੁੰਦੇ ਹੋ ਐਕਟਰ ਨਾਲ, ਤਾਂ ਬਾਈ ਨੂੰ ਕੰਮ ਅੱਛਾ ਲੱਗਿਆ, ਤਾਂ ਬਾਈ ਨੇ ਤਾਰੀਫ ਕੀਤੀ ਮੇਰੇ ਲਈ, ਬਹੁਤ ਵਧੀਆ ਮੂਮੈਂਟ ਸੀ ਉਹ, ਇਮੋਸ਼ਨਲ ਵੀ ਸੀ ਅਤੇ ਸਰਪ੍ਰਾਈਜ਼ਿੰਗ ਵੀ ਸੀ, ਕਿ ਮੈਂ ਸੋਚਿਆ ਨਹੀਂ ਸੀ ਬਾਈ ਨੇ ਕੰਮ ਦੇਖਿਆ ਹੋਊਗਾ ਅਤੇ ਉਹ ਐਂ ਬੋਲਣਗੇ, ਪਰ ਹਾਂ ਸੱਚੀ ਬਾਈ ਨਾਲ ਕੰਮ ਕਰਕੇ ਹਰ ਵਾਰ ਵੀ ਬਹੁਤ ਸਵਾਦ ਆਉਂਦਾ, ਡਾਕੂ ਦਾ ਮੁੰਡਾ 2 'ਚ ਵੀ ਬਹੁਤ ਸਵਾਦ ਆਇਆ ਸੀ, ਇਹ 'ਚ ਵੀ ਬਹੁਤ ਸਵਾਦ। ਇਸ ਵਿੱਚ ਕੀ ਕੈਰੈਕਟਰ ਹੈ, ਕਿੱਦਾਂ ਦਾ ਕੈਰੈਕਟਰ ਰਾਜ ਚੰਜਾ ਜੀ ਤੁਹਾਡਾ? ਇਹਦੇ 'ਚ ਹਜੇ ਮੈਂ ਰਿਵੀਲ ਨਹੀਂ ਕਰ ਸਕਦਾ, ਥੋੜ੍ਹਾ ਆਈਡੀਆ। ਪਿੰਡ ਦੇ ਮੁੰਡੇ ਦਾ ਕੈਰੈਕਟਰ ਹੈ ਜਿਹਦੇ ਸੁਪਨੇ ਬਹੁਤ ਵੱਡੇ ਹੈਗੇ, ਤਾਂ ਉਹ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾਂਦਾ ਗਾ, ਤਾਂ ਮੈਂ ਉਮੀਦ ਕਰਦਾ ਕਿ ਜਿਵੇਂ ਮੇਰੇ ਪਿਛਲੇ ਸਾਰੇ ਕੈਰੈਕਟਰਾਂ ਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ, ਇਹ ਵੀ ਪਸੰਦ ਆਊਗਾ। ਸੋ ਆਲ ਦਾ ਬੈਸਟ 8 ਮਾਰਚ ਲਈ, ਐਂਡ ਵੀ ਹੋਪ ਕਿ ਤੁਹਾਡਾ ਕੰਮ ਦੇਵ ਭਾਜੀ ਦੇ ਨਾਲ ਅਤੇ ਸਾਰੀ ਟੀਮ ਦੇ ਨਾਲ ਤੁਹਾਨੂੰ ਵੀ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਾਵੇ। ਥੈਂਕ ਯੂ ਸੋ ਮਚ, ਥੈਂਕ ਯੂ।